ਬਈ ਅਸੀਂ ਮਿਲਣ ਦੀ ਕੋਸ਼ਿਸ਼ ਕੀਤੀ ਮੁੱਖ ਮੰਤਰੀ ਸਾਹਿਬ ਨੂੰ ਤੇ ਸੀਐਮ ਸਾਹਿਬ ਦੇ ਕਾਫਲੇ ਨੂੰ ਰੋਕਣ ਦਾ ਕੋਸ਼ਿਸ਼ ਕੀਤੀ ਵੀ ਸੀਐਮ ਸਾਹਿਬ ਹੱਥ ਬੰਨ ਕੇ ਸਾਡੀ ਬੇਨਤੀ ਹੈ ਕਿ ਸਾਡੀ ਕਿਸਾਨੀ ਮੰਗਾਂ ਨੂੰ ਸਾਡੇ ਮਸਲਿਆਂ ਨੂੰ ਸੁਣ ਕੇ ਜਾਇਓ ਪਰ ਸੀਐਮ ਸਾਹਿਬ ਨੇ ਗੱਡੀ ਨਹੀਂ ਰੋਕੀ ਨਾ ਉਹਨਾਂ ਦਾ ਕਾਫਲਾ ਮੁੱਖ ਮੰਤਰੀ ਸਾਹਿਬ ਦਾ ਹੱਥ ਕਿਤੇ ਮਿੰਟਾਂ 'ਚ ਰੁਕ ਜਾਂਦੇ ਆ ਤੁਹਾਡੇ ਨਹੀਂ ਕੀਤਾ ਰੁਕੀ ਉਹ ਤਾਂ ਅੱਗੋਂ ਹੱਥ ਜੋੜ ਕੇ ਲੰਘੇ ਜਿਵੇਂ ਸਤਿ ਸ਼੍ਰੀ ਅਕਾਲ ਜੀ ਬੁਲਾ ਜਾਂਦੇ ਹੁੰਦੇ ਆ ਸਾਡੇ ਪਿੰਡ ਮੁੱਖ ਮੰਤਰੀ ਦਾ ਪ੍ਰੋਗਰਾਮ ਸੀਗਾ ਉਹ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਦੇਖਣ ਲਈ ਗਿਆ ਹੋਇਆ ਸੀਗਾ ਤੇ ਚਾਰ ਬੰਦੇ ਮੇਰੇ ਉੱਤੇ ਲਾਤੇ ਉਹਨਾਂ ਨੇ ਤੁਹਾਨੂੰ ਗਨਮੈਨ ਤਾਂ ਨਹੀਂ ਦਿੱਤੇ ਕਿਤੇ ਚਾਰ ਗਨਮੈਨ ਦਿੱਤੇ ਹੋਣੇ ਨਹੀਂ ਚਾਰ ਗਨਮੈਨ ਨਹੀਂ ਸੀ ਉਹਦਾ ਸਿਰਫ ਚਾਰ ਪਤਾ ਨਹੀਂ ਡਰ ਕਾਹਦਾ ਸੀਗਾ ਉਹਦਾ ਮੇਰੀ ਦਾੜਾ ਕਾਲਾ ਕਰਕੇ ਇਸ ਕਰਕੇ ਡਰ ਲੱਗਿਆ ਹੋਵੇ ਵੀ ਕਾਲੇ ਰੰਗ ਤੋਂ ਮੁੱਖ ਮੰਤਰੀ ਸਾਹਿਬ ਡਰ ਰਹੇ ਆ ਜਿੱਦਾਂ ਕਿ ਭਰਾ ਨੇ ਤੁਹਾਨੂੰ ਦੱਸਿਆ ਵੀ ਇੱਕ ਬੀਬੀ ਉਹਨਾਂ ਨੂੰ ਮੁਲਾਕਾਤ ਮਿਲਣ ਗਈ ਤੇ ਉਹਦੇ ਪ੍ਰਿੰਟ ਵਾਲੀ ਕਾਲੀ ਚੁੰਨੀ ਲਈ ਹੋਈ ਸੀ ਉਹਦੇ ਤੋਂ ਵੀ ਡਰੇ ਖਿੜਕੀਆਂ ਵਾਲੇ ਪਿੰਡ ਦੀ ਸੀਐਮ ਸਾਹਿਬ ਨੂੰ ਲਾਈਵ ਸੁਣ ਰਿਹਾ ਸੀ ਕਿ ਦੋਦੇ ਦੇ ਨੇੜੇ ਪਿੰਡ ਮੈਨੂੰ ਬਜ਼ੁਰਗ ਨੇ ਹੱਥ ਕੀਤਾ ਮੈਂ ਗੱਡੀ ਰੋਕੀ ਉਹ ਮੈਨੂੰ ਕਹਿੰਦੇ ਸਾਡਾ ਇਹਨਾਂ ਤੋਂ ਖਿਹੜਾ ਛਡਾ ਦਿਓ ਅਖੇ ਮੈਂ ਕਿਹਾ ਛਡਵਾ ਦੇਵਾਂਗੇ ਪਰ ਮਾਨ ਸਾਹਿਬ ਲੋਕ ਤੁਹਾਡੇ ਤੋਂ ਖਿਹੜਾ ਛਡਵਾਉਣਾ ਚਾਹੁੰਦੇ ਆ ਮਾਨ ਸਾਹਿਬ ਕਹਿੰਦੇ ਅੱਗ ਨਾ ਲਾਓ ਮਾਨ ਸਾਹਿਬ ਰਿਕਾਰਡ ਕਢਾਉਣ ਇਸ ਸਾਲ ਦਾ ਤੇ ਇਸ ਤੋਂ ਪਿਛਲੇ ਸਾਲ ਦਾ ਜੇ ਸਾਡੇ ਪਿੰਡ ਦੇ ਵਿੱਚ ਗੱਠਾਂ ਬੰਨਣ ਵਾਲੀ ਮਸ਼ੀਨ ਜਾਂ ਬੇਲਰ ਜਾਂ ਰੈਂਕ ਇਹਨਾਂ ਨੇ ਸਬਸਿਡੀ ਤੇ ਮੁਹੱਈਆ ਕਰਵਾਏ ਹੋਣ 6500 ਏਕੜ ਦੇ ਲਗਭਗ ਏਰੀਏ ਨੂੰ ਕਿੰਨੇ ਬੇਲਰ ਚਾਹੀਦੇ ਆ ਤਾਂ ਮਾਨ ਸਾਹਿਬ ਜੁੱਤੀ ਤੁਹਾਡੀ ਸਿਰ ਸਾਡਾ ਪਰ ਤੁਸੀਂ ਗਰਾਊਂਡ ਲੈਵਲ ਦੀ ਹਕੀਕਤ ਵੇਖੋ ਵੀ ਕਿੱਥੇ ਖੜਾ ਗਰਾਊਂਡ ਤੇ ਸਾਡਾ ਤੇ ਜੇ ਅਸੀਂ ਕਿਸਾਨ ਅੱਗ ਲਾਉਣੇ ਆ ਜਾਂ ਪਾਲਾਂ ਨੂੰ ਸਾੜਦੇ ਆ ਤਾਂ ਤੁਸੀਂ ਸਾਡੇ ਤੇ ਤਾੜ ਤਾੜ ਪਰਚੇ ਕੱਢਦੇ ਆ ਤੁਹਾਡੀ ਸਰਕਾਰ ਉਦੋਂ ਤੁਹਾਡੇ ਸੈਟੇਲਾਈਟ ਨੂੰ ਦਿਸ ਜਾਂਦਾ ਹੈ ਕਿ ਜਿਹੜਾ ਅੱਗ ਲੱਗੀ ਆ ਤੁਹਾਡੇ ਸੈਟੇਲਾਈਟ ਨੂੰ ਇਹ ਨਹੀਂ ਦੱਸਦਾ ਵੀ ਮੰਡੀਆਂ ਦੇ ਵਿੱਚ ਕਿੰਨਾ ਝੋਨਾ ਪਿਆ ਦੋ ਗੱਡੀਆਂ ਦਾਣਾ ਮੰਡੀ ਦੇ ਕੋਲ ਸੀ ਜਿਹੜੀਆਂ ਨੇ ਉੱਥੋਂ ਟ੍ਰੈਫਿਕ ਕਲੀਅਰ ਕਰਵਾਇਆ ਜਾਂ ਉੱਥੇ ਖੜੇ ਸੀ ਕਿਸਾਨਾਂ ਦੇ ਕੋਲੇ ਨਾ ਰੁਕ ਜਾਣ ਜਾਂ ਕਿਸਾਨ ਲੱਗ ਗਿਆ ਜਾਂ ਸਪੈਸ਼ਲ ਦਾਣਾ ਮੰਡੀ ਕੋਲੇ ਦੋ ਗੱਡੀਆਂ ਲਗਾਈਆਂ ਗਈਆਂ ਇਹਨਾਂ ਦਾ ਪੁਲਿਸ ਫੋਰਸ ਪਤਾ ਨਹੀਂ ਡਰ ਕਾਹਦਾ ਸੀ ਐਮ ਮਾਨ ਸਾਹਿਬ ਨੂੰ ਪਰ ਪੋਲਟਰੀ ਫਾਰਮ ਹੁਣ ਕਿੱਥੇ ਐ ਮਾਨ ਸਾਹਿਬ ਦਾ ਵੋਟਾਂ ਵਟੋਰਨ ਤਾਂ ਆ ਗਏ ਪਰ ਮਾਨ ਸਾਹਿਬ ਸਾਡੇ ਸਵਾਲ ਵੀ ਸੁਣੋ ਸਾਡੀਆਂ ਗੱਲਾਂ ਦੇ ਜਵਾਬ ਵੀ ਤਾਂ ਦੇ ਕੇ ਜਾਣ ਕਿਤੇ ਨਾ ਕਿਤੇ ਸਰਕਾਰ ਤੇ ਪ੍ਰਸ਼ਾਸਨ ਨੇ ਆ ਜਿਹੜਾ ਕਿਸਾਨਾਂ ਦੇ ਨਾਲ ਕੀਤੇ ਵਾਅਦਿਆਂ ਤੋਂ ਮੁੱਕਰੀ ਆ ਜਿਹੜੇ ਨਰੇਗਾ ਕਾਮਿਆਂ ਨਾਲ ਜਾਂ ਜਿਹੜੀ ਗਰਾਊਂਡ ਲੈਵਲ ਦੀ ਆ ਉਹਦੇ ਤੋਂ ਜਿਹੜੀ ਸਰਕਾਰ ਉਹ ਪਿਛਾਂ ਹਟੀ ਹੋਈ ਆ ਮੁੱਖ ਮੰਤਰੀ ਪੰਜਾਬ ਅੱਜ ਹਰੀਕੇ ਕਲਾਂ ਪਿੰਡ ਦੇ ਵਿੱਚ ਪਹੁੰਚਦਾ ਹੈ ਤੇ ਪਿੰਡ ਦੇ ਵਿੱਚ ਪਿੰਡ ਦੇ ਲੋਕਾਂ ਤੋਂ ਵਿਊ ਲੈਣ ਦੀ ਕੋਸ਼ਿਸ਼ ਕਰਦੇ ਆ ਅਸਲ ਦੇ ਵਿੱਚ ਹੈ ਕੀ ਹੈ ਵੀਰ ਨੇ ਵੀ ਮਿਲਣ ਦੀ ਕੋਸ਼ਿਸ਼ ਕੀਤੀ ਤੁਸੀਂ ਮਿਲਣ ਦੀ ਕੋਸ਼ਿਸ਼ ਕੀਤੀ ਮੁੱਖ ਮੰਤਰੀ ਰੁਕੇ ਨਹੀਂ ਸਤਿ ਸ਼੍ਰੀ ਅਕਾਲ ਬਾਈ ਅਸੀਂ ਮਿਲਣ ਦੀ ਕੋਸ਼ਿਸ਼ ਕੀਤੀ ਮੁੱਖ ਮੰਤਰੀ ਸਾਹਿਬ ਨੂੰ ਪਹਿਲਾਂ ਸਾਡਾ ਸੁਭਾਅ ਅਸੀਂ ਸਾਰੇ ਇਹਨਾਂ ਦੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਕਿਹਾ ਵੀ ਸਾਡੀ ਮੁਲਾਕਾਤ ਕਰਵਾਓ ਸੀਐਮ ਸਾਹਿਬ ਨਾਲ ਸਾਡੇ ਪਿੰਡ ਆ ਰਹੇ ਆ ਕਿਉਂਕਿ ਝੋਨੇ ਦੀ ਵਾਢੀ ਦਾ ਸਮਾਂ ਬਈ 20-25 ਦਿਨਾਂ ਤੋਂ ਕਿਸਾਨ ਆ ਜਿਹੜਾ ਉਹ ਮੰਡੀਆਂ ਦੇ ਵਿੱਚ ਰੋ ਰਿਹਾ ਸਾਡੇ ਝੋਨੇ ਦੀ ਫਸਲ ਆ ਜਿਹੜੀ ਉਹ ਮੰਡੀਆਂ ਦੇ ਵਿੱਚ ਰੋ ਰਹੀ ਅਸੀਂ ਉਹਦੇ ਸੰਬੰਧ ਦੇ ਵਿੱਚ ਸਾਨੂੰ ਪਰਾਲੀ ਨੂੰ ਅੱਗ ਨਾ ਲਾਉਣ ਦਿੱਤੀ ਜਾ ਰਹੀ ਸਾਡੇ ਪਿੰਡ ਦਾ ਜਿਹੜਾ ਰਕਬਾ ਉਹ 6500 ਜਿਹੜਾ ਏਕੜ ਦਾ ਰਕਬਾ ਲਗਭਗ 6500 ਏਕੜ ਦੇ ਲਗਭਗ ਜ਼ਮੀਨ ਆ ਜਿਹੜੀ ਜਿੱਥੇ ਝੋਨੇ ਦੀ ਫਸਲ ਉਗਾਈ ਜਾਂਦੀ ਆ ਉਹਦੀ ਪਰਾਲੀ ਦੇ ਸੰਬੰਧ ਦੇ ਵਿੱਚ ਡੀਏਪੀ ਦੇ ਸੰਬੰਧ ਦੇ ਵਿੱਚ ਮੈਂ ਅੱਜ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦੀ ਇੱਛਾ ਜਤਾਈ ਪਹਿਲਾਂ ਇਹਨਾਂ ਦੇ ਮੁਲਾਜ਼ਮਾਂ ਨੂੰ ਕਿਉਂ ਉਹਨਾਂ ਨੇ ਕੋਈ ਸੁਣਵਾਈ ਨਾ ਹੋਈ ਉਸ ਤੋਂ ਬਾਅਦ ਅਸੀਂ ਸੀਐਮ ਸਾਹਿਬ ਦੇ ਕਾਫਲੇ ਨੂੰ ਰੋਕਣ ਦਾ ਕੋਸ਼ਿਸ਼ ਕੀਤੀ ਵੀ ਸੀਐਮ ਸਾਹਿਬ ਹੱਥ ਬੰਨ ਕੇ ਸਾਡੀ ਬੇਨਤੀ ਹੈ ਕਿ ਸਾਡੀ ਕਿਸਾਨੀ ਮੰਗਾਂ ਨੂੰ ਸਾਡੇ ਮਸਲਿਆਂ ਨੂੰ ਸੁਣ ਕੇ ਜਾਇਓ ਪਰ ਸੀਐਮ ਸਾਹਿਬ ਨੇ ਗੱਡੀ ਨਹੀਂ ਰੋਕੀ ਨਾ ਉਹਨਾਂ ਦਾ ਕਾਫਲਾ ਜਿਹੜਾ ਇਹ ਪਿਛਲੀ ਪਿੰਡ ਕਹਿ ਕੇ ਆਇਆ ਮੈਂ ਤਾਂ ਰੋਕਣ ਦੀ ਕੋਸ਼ਿਸ਼ ਕੀਤੀ ਅਸੀਂ ਵੀ ਮੈਂ ਖਿੜਕੀਆਂ ਵਾਲੇ ਪਿੰਡ ਦੀ ਸੀਐਮ ਸਾਹਿਬ ਨੂੰ ਲਾਈਵ ਸੁਣ ਰਿਹਾ ਸੀ ਕਿ ਦੋਦੇ ਦੇ ਨੇੜੇ ਪਿੰਡ ਮੈਨੂੰ ਬਜ਼ੁਰਗ ਨੇ ਹੱਥ ਕੀਤਾ ਮੈਂ ਗੱਡੀ ਰੋਕੀ ਉਹ ਮੈਨੂੰ ਕਹਿੰਦੇ ਸਾਡਾ ਇਹਨਾਂ ਤੋਂ ਖਿਹੜਾ ਛਡਾ ਦਿਓ ਅਖੇ ਮੈਂ ਕਿਹਾ ਛਡਵਾ ਦੇਵਾਂਗੇ ਪਰ ਮਾਨ ਸਾਹਿਬ ਲੋਕ ਤੁਹਾਡੇ ਤੋਂ ਖਿਹੜਾ ਛਡਵਾਉਣਾ ਚਾਹੁੰਦੇ ਆ ਜਿਹੜੇ ਤੁਸੀਂ ਵਾਅਦੇ ਕੀਤੇ ਤੁਸੀਂ ਕਿਹਾ PR 126 ਦੀ ਵੈਰਾਈਟੀ ਲਾਵੇ ਕਿਸਾਨ ਅਸੀਂ ਜ਼ੋਰ ਪਾਇਆ ਅਸੀਂ PR 126 ਦੀ ਵੈਰਾਈਟੀ ਲਾਉਣ ਵਾਸਤੇ ਕਿਸਾਨਾਂ ਨੂੰ ਪ੍ਰੇਰਿਆ ਸੀ ਆਪ ਮੈਂ ਸਾਰੀ ਜ਼ਮੀਨ 13 ਏਕੜ ਜ਼ਮੀਨ ਮੈਂ PR 126 ਦੀ ਖੇਤੀ ਕੀਤੀ ਪਰ ਝੋਨਾ ਜਿਹੜਾ ਮੰਡੀਆਂ ਦੇ ਵਿੱਚ ਰੋ ਰਿਹਾ 4 ਏਕੜ ਝੋਨਾ ਜੇ ਮੇਰਾ ਵੱਢਣ ਵਾਲਾ ਖੜਾ ਤੁਸੀਂ ਦੱਸੋ ਇਸ ਤੋਂ ਬਾਅਦ ਵੱਢਿਆ ਝੋਨੇ ਦਾ ਮੁਕਚਰ ਕਦੋਂ ਸਹੀ ਆਊਗਾ ਇਸ ਤੋਂ ਬਾਅਦ ਵੱਢੇ ਝੋਨੇ ਦਾ ਮੁਕਚਰ ਸਹੀ ਆ ਸਕਦਾ ਜੇ ਜ਼ਮੀਨੀ ਗਰਾਊਂਡ ਲੈਵਲ ਤੇ ਦੇਖਣਾ ਉਸ ਤੋਂ ਬਾਅਦ ਮਾਨ ਸਾਹਿਬ ਕਹਿੰਦੇ ਅੱਗ ਨਾ ਲਾਓ ਮਾਨ ਸਾਹਿਬ ਰਿਕਾਰਡ ਕਢਾਉਣ ਇਸ ਸਾਲ ਦਾ ਤੇ ਇਸ ਤੋਂ ਪਿਛਲੇ ਸਾਲ ਦਾ ਜੇ ਸਾਡੇ ਪਿੰਡ ਦੇ ਵਿੱਚ ਗੱਠਾਂ ਬੰਨਣ ਵਾਲੀ ਮਸ਼ੀਨ ਜਾਂ ਬੇਲਰ ਜਾਂ ਰੈਂਕ ਇਹਨਾਂ ਨੇ ਸਬਸਿਡੀ ਤੇ ਮੁਹੱਈਆ ਕਰਵਾਏ ਹੋਣ 6500 ਏਕੜ ਦੇ ਲਗਭਗ ਏਰੀਏ ਨੂੰ ਕਿੰਨੇ ਬੇਲਰ ਚਾਹੀਦੇ ਆ ਤਾਂ ਮਾਨ ਸਾਹਿਬ ਜੁੱਤੀ ਤੁਹਾਡੀ ਸਿਰ ਸਾਡਾ ਪਰ ਤੁਸੀਂ ਗਰਾਊਂਡ ਲੈਵਲ ਦੀ ਹਕੀਕਤ ਵੇਖੋ ਵੀ ਕਿੱਥੇ ਖੜਾ ਗਰਾਊਂਡ ਤੇ ਸਾਡਾ ਪਰਾਲੀ ਦੇ ਮੁੱਦੇ ਨੂੰ ਇਹ ਕਹਿੰਦੇ ਅੱਗ ਨਹੀਂ ਲਾਉਣ ਦੇਣੀ ਸਾਡੇ ਪਿੰਡ ਦੇ 6500 ਏਕੜ ਦੇ ਲਗਭਗ ਏਰੀਏ ਨੂੰ 4 ਤੋਂ 5 ਗੱਠਾਂ ਵਾਲੀਆਂ ਮਸ਼ੀਨਾਂ ਚਾਹੀਦੀਆਂ ਸੀ ਮਾਨ ਸਾਹਿਬ ਜਿਹੜੀਆਂ ਤੁਸੀਂ ਹਜੇ ਤੱਕ ਮੁਹੱਈਆ ਨਹੀਂ ਕਰਵਾਈਆਂ ਤੇ ਜੇ ਅਸੀਂ ਕਿਸਾਨ ਅੱਗ ਲਾਉਣੇ ਆ ਜਾਂ ਪਾਲਾਂ ਨੂੰ ਸਾੜਦੇ ਆ ਤਾਂ ਤੁਸੀਂ ਸਾਡੇ ਤੇ ਤਾੜ ਤਾੜ ਪਰਚੇ ਕੱਢਦੇ ਆ ਤੁਹਾਡੀ ਸਰਕਾਰ ਉਦੋਂ ਤੁਹਾਡੇ ਸੈਟੇਲਾਈਟ ਨੂੰ ਦਿਸ ਜਾਂਦਾ ਹੈ ਕਿ ਜਿਹੜਾ ਅੱਗ ਲੱਗੀ ਆ ਤੁਹਾਡੇ ਸੈਟੇਲਾਈਟ ਨੂੰ ਇਹ ਨਹੀਂ ਦੱਸਦਾ ਵੀ ਮੰਡੀਆਂ ਦੇ ਵਿੱਚ ਕਿੰਨਾ ਝੋਨਾ ਪਿਆ
ਜਿਹੜਾ ਕਿਸਾਨ ਤੇ ਮਜ਼ਦੂਰ ਦੀ ਉੱਥੇ ਦੁਰਦਿਸ਼ਾ ਹੋ ਰਹੀ ਉਹ ਨਹੀਂ ਇਹਨਾਂ ਨੂੰ ਸਰਕਾਰ ਨੂੰ ਦਿਸ ਰਹੀ। ਇਹਨਾਂ ਮੰਗਾਂ ਨੂੰ ਲੈ ਕੇ ਅੱਜ ਮਾਨ ਸਾਹਿਬ ਵੋਟਾਂ ਵਟੋਰਨ ਵਾਸਤੇ ਸਾਡੇ ਪਿੰਡ ਆਏ ਸੀ ਜੀ, ਅਸੀਂ ਇਹ ਮਸਲੇ ਹੱਥ ਕੀਤਾ। ਮੁੱਖ ਮੰਤਰੀ ਸਾਹਿਬ ਦਾ ਹੱਥ ਕਿਤੇ ਮਿੰਟਾਂ 'ਚ ਰੁਕ ਜਾਂਦੇ ਆ, ਤੁਹਾਡੇ ਰਿੰਗੀ ਤਾਂ ਰੁਕੇ। ਮੈਂ ਤੁਹਾਨੂੰ ਵੀਡੀਓ ਕਲਿੱਪ ਦੇ ਦਿੰਦੀ ਹਾਂ ਜੀ, ਤੁਸੀਂ ਵੀਡੀਓ ਚਲਾ ਦਿਓ ਤੇ ਦੇਖ ਲਓ ਮੁੱਖ ਮੰਤਰੀ ਸਾਹਿਬ ਨੂੰ ਹੱਥ ਜੋੜ ਕੇ ਕੀ ਕਰ ਗਏ। ਹੱਥ ਬੰਨ ਕੇ ਅੱਗੋਂ ਹੀ ਸਾਡਾ ਖਿਹੜਾ ਛੱਡ ਦਿਓ, ਅਸੀਂ ਕੋਈ ਨਹੀਂ ਕਰ ਸਕਦੇ। ਮੇਰੇ ਸਮਝ ਤਾਂ ਇਹੀ ਆਉਂਦੀ ਆ ਉਹ ਤਾਂ ਅੱਗੋਂ ਹੱਥ ਜੋੜ ਕੇ ਲੰਘੇ ਜਿਵੇਂ ਸਤਿ ਸ੍ਰੀ ਅਕਾਲ ਜੀ ਬੁਲਾ ਜਾਂਦੇ ਹੁੰਦੇ ਆ। 2.5 ਸਾਲ 3.5 ਸਾਲ ਦਾ ਸਮਾਂ ਬੀਤ ਗਿਆ ਸਰਕਾਰ ਦੇ ਰਾਹ 'ਚ, ਕੋਈ ਸਾਨੂੰ ਹੱਥ ਕਰੇ ਅਸੀਂ ਖੜ ਕੇ ਮਿਲ ਕੇ ਜਾਂਦੇ ਆ, ਬੜੇ ਖੁਸ਼ ਹੁੰਦੇ ਆ ਲੋਕ, ਤੁਸੀਂ ਦੁਖੀ ਹੋਏ ਬੈਠੇ ਹੋ। ਸਾਡਾ ਹੱਥ ਕਰਨ ਦਾ ਤਰੀਕਾ ਨਹੀਂ, ਪਿੰਡ ਆਏ ਸੀ ਜੀ, ਸਾਡੇ ਪਿੰਡ ਤੁਹਾਡੇ ਸਾਹਮਣੇ ਦੇਖ ਲਿਓ ਹੱਥ ਜੋੜ ਕੇ ਤਾਂ ਹੱਥ ਕੀਤਾ ਜੀ। ਹੁਣ ਇਦੋਂ ਉੱਤੇ ਜਾਂ ਅਸੀਂ ਮੂਹਰੇ ਬਹਿੰਦੇ ਆ ਸਾਨੂੰ ਪ੍ਰਸ਼ਾਸਨ ਡਾਂਗਾ ਲੈ ਕੇ ਆ ਜਾਂਦਾ ਜੀ, ਅੱਗੇ ਖੜਦੇ ਆ ਤਾਂ ਸੜਕ ਤੇ ਕਿਵੇਂ ਰੁਕ ਗਏ ਸੀ, ਤੁਸੀਂ ਦੱਸੋ ਅਸੀਂ ਕਿਵੇਂ ਰੋਕੀਏ ਜਾਂ ਕਿਹੜੇ ਤਰੀਕੇ ਨਾਲ ਰੋਕੀਏ। ਸਾਡਾ ਪਿੰਡ ਕੱਲ ਦਾ ਛਾਉਣੀ ਚ ਤਬਦੀਲ ਕੀਤਾ ਪਿਆ ਹਰੀਕੇ ਕਲਾ, ਕਿਉਂਕਿ ਅੱਜ ਸੀਐਮ ਸਾਹਿਬ ਨੇ ਆਉਣਾ ਸੀ, ਕੱਲ ਦੇ ਸਾਡੇ ਪਿੰਡ ਨੂੰ ਪੁਲਿਸ ਫੋਰਸਾਂ ਲਾ ਕੇ ਛਾਉਣੀ ਬਣਾ ਦਿੱਤਾ ਸਾਡਾ ਪਿੰਡ, ਕੋਈ ਸੁਣਵਾਈ ਨਹੀਂ ਸਾਡੀ ਮੰਡੀਆਂ ਦੇ ਵਿੱਚ। ਚਲੋ ਦੇਖੋ ਕਿੰਨਾ ਕਿੰਨਾ ਝੋਨਾ ਰੋ ਰਿਹਾ, 21-22 ਦਿਨ ਹੋ ਗਏ ਜਿਹੜੇ ਕਿਸਾਨ ਉੱਥੇ ਬੈਠੇ ਆ ਝੋਨਾ ਵੱਢ ਕੇ ਲੈ ਕੇ ਆਇਆ ਨੂੰ, ਉਹਨਾਂ ਦਾ ਝੋਨਾ ਨਹੀਂ ਵਿਕ ਰਿਹਾ। ਇਹ ਕਹਿੰਦੇ ਅਸੀਂ ਸੰਦਾਂ ਤੇ ਸਬਸਿਡੀ ਦਿੱਤੀ ਜੀ, ਸਰਕਾਰ ਨੇ ਵਾਅਦਾ ਕੀਤਾ ਸੀ ਕਿ ਝੋਨੇ ਦੀ ਸਿੱਧੀ ਬਿਜਾਈ ਕਰੋ, ਅਸੀਂ 1500 ਰੁਪਇਆ ਪ੍ਰਤੀ ਏਕੜ ਦੇਵਾਂਗੇ, ਕੀਤਾ ਸੀ ਨਾ ਜੀ। ਮੈਂ ਬਿਨਾਂ ਸਬਸਿਡੀ ਤੋਂ 1,35,000 ਦੀ ਝੋਨਾ ਬੀਜਣ ਵਾਲੀ ਮਸ਼ੀਨ ਖਰੀਦੀ, ਕਿਰਾਏ ਤੇ ਮੈਂ ਝੋਨਾ ਬੀਜਿਆ। ਬਹੁਤੇ ਕਿਸਾਨ ਗਰੀਬ ਕਿਸਾਨ ਆ, ਉਹਨਾਂ ਨੇ ਡਰਦਿਆਂ ਨੇ ਬੀਜਿਆ ਪਰ ਉਹਨਾਂ ਨੂੰ ਹਜੇ 1500-1500 ਰੁਪਇਆ ਖਾਤਿਆਂ ਦੇ ਵਿੱਚ ਨਹੀਂ ਆਇਆ, ਤੇ ਬਹੁਤੇ ਕਿਸਾਨ ਇਹੋ ਜਿਹੇ ਜਿਨ੍ਹਾਂ ਨੇ ਉਹ ਬੀਜ ਕੇ ਉਦੋਂ ਬਾਅਦ ਚ ਵਾਹਿਆ ਵੀ ਆ, ਬਹੁਤੇ ਕਿਸਾਨਾਂ ਨੇ ਉਹ ਝੋਨਾ ਬੀਜ ਕੇ ਵਾਹਿਆ, ਉਹਨਾਂ ਨੂੰ ਹਜੇ ਤੱਕ 1500 ਨਹੀਂ ਆਇਆ। ਮੈਂ 13 ਏਕੜ ਜਿਹੜੀ ਜ਼ਮੀਨ ਆ ਸਿੱਧੀ ਬਿਜਾਈ ਕੀਤੀ ਸੀ, ਹਜੇ ਤੱਕ ਮੇਰੇ ਖਾਤੇ ਦੇ ਵਿੱਚ ਜੇ 1 ਰੁਪਇਆ ਵੀ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਦਾ ਪਾਇਆ ਹੋਵੇ ਤਾਂ ਮੈਂ ਦੇਣ ਦਾ, ਚੈੱਕ ਕਰਵਾ ਲਓ ਜੀ। ਪਰ ਸਰਕਾਰ ਖੜੀ ਪਤਾ ਨਹੀਂ ਕਿੱਥੇ ਆ ਸਾਨੂੰ। ਮਾਨ ਸਾਹਿਬ ਕਹਿੰਦੇ ਅਸੀਂ ਜਿਮਣੀ ਚੋਣ ਸੀ, ਵੋਟਾਂ ਵਟੋਰਨ ਤਾਂ ਆ ਗਏ, ਪਰ ਮਾਨ ਸਾਹਿਬ ਸਾਡੇ ਸਵਾਲ ਵੀ ਸੁਣੋ, ਸਾਡੀਆਂ ਗੱਲਾਂ ਦੇ ਜਵਾਬ ਵੀ ਤਾਂ ਦੇ ਕੇ ਜਾਣ। ਕਾਲੇ ਰੰਗ ਦੀ ਚੁੰਨੀ ਲਈ ਆ, ਵਾਪਸ ਚਲੇ ਜਾ। ਆ ਤੁਹਾਡੇ ਕੈਮਰਾਮੈਨ ਨੂੰ ਮੈਂ ਖੜਾ ਉੱਥੇ ਦੇਖ ਰਿਹਾ ਸੀ, ਨਜ਼ਦੀਕ ਖੜਾ ਸੀ, ਇਹਦੇ ਕਾਲੇ ਰੰਗ ਦੀ ਸ਼ਰਟ ਪਾਈ ਸੀ, ਉਹਨਾਂ ਦੇ ਚੱਲ ਪਿੱਛੇ ਬਈ ਤੇਰੇ ਕਾਲੇ ਰੰਗ ਦੀ ਸ਼ਰਟ ਪਾਈ ਆ, ਤੇ ਵਾਲ ਵੀ ਸਾਡੇ ਤਾਂ ਕੇਸ ਵੀ ਕਾਲੇ ਆ ਮਾਨ ਸਾਹਿਬ, ਕਿੱਥੇ ਜਾਓਗੇ, ਕਿੱਥੋਂ ਭੱਜ ਲਓ, ਕਾਲੇ ਰੰਗ ਤੋਂ ਇੰਨਾ ਡਰ ਕਿਉਂ ਆ ਸਰਕਾਰ ਨੂੰ, ਮਾਨ ਸਾਹਿਬ ਨੂੰ ਜਾਂ ਉਹਨੇ ਸਿਕਿਉਰਿਟੀ ਨੂੰ ਕਾਲੇ ਰੰਗ ਤੋਂ ਡਰ ਕਿਉਂ ਪੈਦਾ ਹੋਣ ਲੱਗ ਗਿਆ। ਇਹਦਾ ਮਤਲਬ ਅਸੀਂ ਕਾਲਾ ਰੰਗ ਬੈਨ ਕਰ ਦਿਓਗੇ ਤੁਸੀਂ ਤਾਂ, ਅਸੀਂ ਕਾਲਾ ਰੰਗ ਸਿਰ ਤੇ ਨਹੀਂ ਬੰਨ ਸਕਦੇ, ਕਾਲਾ ਰੰਗ ਪਾ ਨਹੀਂ ਸਕਦੇ। ਇਹਦਾ ਮਤਲਬ ਜਿੱਥੇ ਸੀਐਮ ਸਾਹਿਬ ਆਇਆ ਕਰਨਗੇ ਜਾਂ ਜਿੱਥੇ ਇਹਨਾਂ ਦਾ ਪ੍ਰਸ਼ਾਸਨ ਜਾਂ ਜਿੱਥੇ ਇਹਨਾਂ ਦੇ ਮੰਤਰੀ ਆਇਆ ਕਰਨਗੇ ਉੱਥੇ ਕਾਲੇ ਰੰਗ ਤੇ ਬੈਨ ਲਗਾਉਣਗੇ, ਸਾਡੀ ਸਮਝ ਤੋਂ ਬਾਹਰ ਆ। ਕਾਲੇ ਰੰਗ ਤੋਂ ਇੰਨਾ ਖਤਰਾ ਕਿਉਂ ਹੋ ਗਿਆ ਮਾਨ ਸਾਹਿਬ ਨੂੰ, ਸਾਡੀ ਸਮਝ ਤੋਂ ਬਾਹਰ ਆ। ਫਿਰ ਇਹਨਾਂ ਨੇ ਗੱਲ ਕੀਤੀ ਕਿ ਅਸੀਂ ਤੁਹਾਨੂੰ ਜਿਹੜੀ ਆ DAP ਆ ਉਹਦੀ ਘਾਟ ਨਹੀਂ ਆਉਣ ਦੇਵਾਂਗੇ। ਸਾਡੇ ਪਿੰਡ ਦੇ ਵਿੱਚ ਕੋਆਪਰੇਟਿਵ ਸਟੱਡੀ ਦੇ ਵਿੱਚ DAP ਦੀ ਖਾਦ ਦਾ ਇੰਨਾ ਬੁਰਾ ਹਾਲਾਤ ਹੋਏ ਪਏ ਆ ਕਿ ਉਹ ਕਿਸਾਨਾਂ ਨੂੰ DAP ਨਹੀਂ ਮਿਲ ਰਹੀ, ਅਸੀਂ ਕਿਸਾਨ ਕਣਕ ਕਿਸ ਚੀਜ਼ ਨਾਲ ਬੀਜਾਂਗੇ। ਹੁਣ ਮੇਰੇ ਕੋਲ 13 ਏਕੜ ਜ਼ਮੀਨ ਆ, 7 ਗੱਟੇ ਮੈਨੂੰ DAP ਦੇ ਮਿਲੇ ਆ ਕੋਆਪਰੇਟਿਵ ਸਟੱਡੀ ਤੋਂ, ਤੇ ਜੇ ਅਸੀਂ ਪ੍ਰਾਈਵੇਟ ਜਾਂ ਕਿਸੇ ਬਾਹਰੋਂ ਸ਼ਹਿਰ ਚੋਂ DAP ਦੀ ਅਪਰੋਚ ਕਰਦੇ ਹਾਂ ਕਿਸਾਨਾਂ ਨੂੰ, ਉੱਥੇ ਕੀ ਹੁੰਦਾ, ਨੈਨੋ ਯੂਰੀਆ ਜਾਂ ਸਲਫਾਸ ਜਾਂ ਉਹਦੇ ਨਾਲ ਪੋਟਾਸ਼ ਮੜੀ ਜਾਂਦੀ ਆ ਕਿ ਤੁਸੀਂ ਇਹ ਚੀਜ਼ ਖਰੀਦਣੀ ਪੈਣੀ ਹੈ ਨਾਲ ਤੁਹਾਨੂੰ, ਫਿਰ ਤੁਹਾਨੂੰ ਦੇਵਾਂਗੇ। ਹੁਣ ਕਿਸਾਨ ਕੀ ਕਰੇ, ਜਿਹੜਾ DAP ਦਾ ਗੱਟਾ 500 ਰੁਪਏ ਦਾ ਸੀ ਉਹ ਇਹਨਾਂ ਨੇ 1300-1400 ਰੁਪਏ ਦੇ ਵਿੱਚ ਲੈ ਗਏ, ਕਿਸਾਨ ਉੱਥੇ ਵੀ ਦੁਖੀ। ਜਿਹੜਾ ਇਹਨਾਂ ਨੇ ਉਸ ਤੋਂ ਬਾਅਦ ਉਹਨਾਂ ਦੇ ਸਮਾਨ ਨਾਲ ਖਰੀਦੋ, ਕਿਸਾਨ ਜਾਊ ਕਿੱਥੇ ਜੀ, ਕਿਸਾਨੀ ਅੱਗੇ ਘਾਟੇ ਦੇ ਵਿੱਚ ਆ, ਕਿਸਾਨੀ ਅੱਗੇ ਹੀ ਘਾਟੇ ਦੇ ਵਿੱਚ। ਇਹਨਾਂ ਨੇ ਪਹਿਲਾਂ ਕਦੋਂ ਲੱਗੀ ਆ ਤੁਹਾਡੇ ਪਿੰਡ, ਫਿਰ ਕੱਲ ਆਉਣਾ ਸੀ ਮੁੱਖ ਮੰਤਰੀ ਨੇ, ਗੱਲ ਕੰਮ ਕਰਨ ਦਾ ਮੁੰਡਾ ਯਾਰ ਪੁਲਿਸ, ਤੁਸੀਂ ਮੈਨੂੰ ਨਾ ਗਲਤ ਕਹਿ ਰਹੇ ਹੋ ਤੁਸੀਂ। ਨਹੀਂ, ਕੱਲ ਸਵੇਰ ਨਾ ਬਾਈ ਜੀ ਅਸੀਂ ਪਿੰਡ ਦੇ ਵਿੱਚ ਹੀ ਸੀ, ਮੈਂ ਉੱਥੇ ਹੀ ਫਿਰ ਰਿਹਾ ਸੀ। ਪਹਿਲਾਂ ਤਾਂ ਸਾਡੇ ਥਾਣਾ ਬਰੀਵਾਲ ਦੀਆਂ 2 ਗੱਡੀਆਂ, ਉਸ ਤੋਂ ਬਾਅਦ SSP ਸਾਹਿਬ ਆਏ ਆ ਸਵੇਰ, ਕੱਲ 10 ਵਜੇ ਦੇ ਲਗਭਗ ਸਮਾਂ ਹੋਊਗਾ ਜੀ, ਸਵੇਰ 10 ਵਜੇ ਤੋਂ ਸਾਡੇ ਪਿੰਡ ਜਿਹੜੀ ਕੱਲ ਸਵੇਰ 9 ਵਜੇ ਦੀ ਪੁਲਿਸ ਫੋਰਸ ਲੱਗ ਗਈ ਸੀ ਹਰ ਇੱਕ ਘਰ ਦੇ ਵਿੱਚ, ਪਿੰਡ ਪਹਿਲਾਂ ਲੱਗੀ ਜੀ, ਕੱਲ ਸਵੇਰ 10 ਵਜੇ ਤੋਂ ਪਹਿਲਾਂ ਪੁਲਿਸ ਫੋਰਸ ਦਾ ਜਿਹੜਾ ਭਾਰੀ ਪਹਿਲਾ ਸਾਡੇ ਪਿੰਡ ਲੱਗ ਗਿਆ। ਤੁਸੀਂ ਦੇਖ ਲਓ ਕਾਫਲਾ, ਦੇਖੋ ਅੱਜ ਕਿੰਨੇ ਲੰਘ ਰਹੇ ਆ, ਸੀਐਮ ਮਾਨ ਤਾਂ ਆਮ ਕਰਨ ਦੇ ਪੁੱਤਾ, ਦੇਖੋ ਕਿੰਨਾ ਕਾਫਲਾ, ਲਗਭਗ 2 ਗੱਡੀਆਂ ਦਾਣਾ ਮੰਡੀ ਦੇ ਨਜ਼ਦੀਕ ਖੜੀਆਂ ਜੀ, ਸਵੇਰ ਅਸੀਂ ਦਾਣਾ ਮੰਡੀ ਦੇ ਵਿੱਚ ਵੀ ਸੀ, 2 ਗੱਡੀਆਂ ਦਾਣਾ ਮੰਡੀ ਦੇ ਕੋਲ ਸੀ ਜਿਹੜੀਆਂ ਨੇ
ਉਥੋਂ ਟ੍ਰੈਫਿਕ ਕਲੀਅਰ ਕਰਵਾਇਆ ਜਾਂ ਉੱਥੇ ਖੜੇ ਸੀ ਕਿਸਾਨਾਂ ਦੇ ਕੋਲੇ ਨਾ ਰੁਕ ਜਾਣ ਜਾਂ ਕਿਸਾਨ ਲੱਗ ਗਿਆ ਜਾਂ ਸਪੈਸ਼ਲ ਦਾਣਾ ਮੰਡੀ ਕੋਲੇ ਦੋ ਗੱਡੀਆਂ ਲਗਾਈਆਂ ਗਏ ਇਹਨਾਂ ਦਾ ਪੁਲਿਸ ਫੋਰਸ ਪਤਾ ਨਹੀਂ ਡਰ ਕਾਹਦਾ ਸੀ ਮਾਨ ਸਾਹਿਬ ਨੂੰ ਪਰ ਪੋਲਟਰੀ ਫਾਰਮ ਹੁਣ ਕਿੱਥੇ ਹੈ ਮਾਨ ਸਾਹਿਬ ਦਾ ਮਾਨ ਸਾਹਿਬ ਕਹਿੰਦੇ ਸੀ ਨਾ ਤੁਸੀਂ ਤਾਂ ਗੱਲ ਕਰ ਰਹੇ ਹੋ ਜੀ ਵੀ ਮਾਨ ਸਾਹਿਬ ਨੂੰ ਤੁਸੀਂ ਹੱਥ ਕੀਤਾ ਰੁਕੇ ਕਿਉਂ ਨਹੀਂ 15 ਅਗਸਤ ਵਾਲੇ ਦਿਨ ਮਾਨ ਸਾਹਿਬ ਨੇ ਝੰਡਾ ਲਹਿਰਾਉਣਾ ਸੀ ਜਿਹੜਾ 16-17 ਲੱਖ ਦਾ ਉਹ ਕੈਬਨ ਆਇਆ ਜਿਹਦੇ ਵਿੱਚ ਖੜ ਕੇ ਬੁਲਟ ਪਰੂਫ ਦੇ ਵਿੱਚ ਸਹੁੰ ਚੱਕੀ ਮਾਨ ਸਾਹਿਬ ਨੇ ਤਾਂ 15 ਅਗਸਤ ਵਾਲੇ ਦਿਨ ਵੀ ਮਾਨ ਸਾਹਿਬ ਨੂੰ ਤਾਂ ਖਤਰਾ ਸੀ ਤੇ ਸਾਡੇ ਤੋਂ ਤਾਂ ਹੋਊਗਾ ਹੀ ਪਤਾ ਨਹੀਂ ਇਸ ਤੱਕ ਸਾਨੂੰ ਤਾਂ ਅੱਤਵਾਦੀ ਬਣਾ ਛੱਡਿਆ ਇਹਨਾਂ ਨੇ ਸਾਨੂੰ ਤਾਂ ਵੇਖ ਕੇ ਡਰਨ ਲੱਗ ਜਾਂਦੀ ਹੈ ਸਰਕਾਰ ਕਿਤੇ ਨਾ ਕਿਤੇ ਸਰਕਾਰ ਤੇ ਪ੍ਰਸ਼ਾਸਨ ਨੇ ਆ ਜਿਹੜਾ ਕਿਸਾਨਾਂ ਦੇ ਨਾਲ ਕੀਤੇ ਵਾਅਦਿਆਂ ਤੋਂ ਮੁੱਕਰੀ ਆ ਜਿਹੜੇ ਨਰੇਗਾ ਕਾਮਿਆਂ ਨਾਲ ਜਾਂ ਜਿਹੜੀ ਗਰਾਊਂਡ ਲੈਵਲ ਦੀ ਆ ਉਹਦੇ ਤੋਂ ਜਿਹੜੀ ਸਰਕਾਰ ਉਹ ਪਿਛਾਂਹ ਹਟੀ ਹੋਈ ਆ। ਮੈਂ ਅੱਜ ਸਾਡੇ ਪਿੰਡ ਮੁੱਖ ਮੰਤਰੀ ਦਾ ਪ੍ਰੋਗਰਾਮ ਸੀਗਾ, ਉਹ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਦੇਖਣ ਲਈ ਗਿਆ ਹੋਇਆ ਸੀਗਾ ਤੇ 4 ਬੰਦੇ ਮੇਰੇ ਉੱਤੇ ਲਾਤੇ ਉਹਨਾਂ ਨੇ, ਪਤਾ ਨਹੀਂ ਮੇਰੇ ਤੋਂ ਕਾਹਦਾ ਡਰ ਲੱਗਿਆ ਉਹਨਾਂ ਨੂੰ ਤੇ ਮੈਨੂੰ ਉਹਨਾਂ ਦੇ ਕਾਕਾ ਬਾਹਰ ਆ ਪਹਿਲਾਂ ਤੋਂ ਤੇਰੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਾਉਣੇ ਆ, ਫਿਰ ਉਹਨਾਂ ਥੋੜਾ ਜਦੋਂ ਮੁੱਖ ਮੰਤਰੀ ਸਾਹਿਬ ਆ ਗਏ ਉਹਨਾਂ ਨੂੰ ਅੰਦਰ ਲੈ ਕੇ ਸਾਨੂੰ ਪਿੱਛੇ ਧੱਕ ਦਿੱਤਾ ਗਿਆ। ਅੱਛਾ, ਜਿਹਨੇ ਕਿਸਾਨ ਜਥੇਬੰਦੀਆਂ ਖੜੀਆਂ ਸੀਗਾ ਇਹਨਾਂ ਨੇ ਮੰਗ ਪੱਤਰ ਦੇਣੇ ਸੀ, ਉਹ ਚ ਸਿਰਫ 2 ਜਣਿਆਂ ਨੂੰ ਗੱਲ ਕਰਨ ਦਿੱਤੀ ਗਈ ਤੇ ਉਹਨਾਂ ਤੋਂ 4 ਮੰਗ ਪੱਤਰ ਲੈ ਕੇ ਆਂਦੇ ਜ਼ਰੂਰ ਵਿਚਾਰ ਕਰਾਂਗੇ। ਤੁਹਾਨੂੰ ਗਨਮੈਨ ਤਾਂ ਨਹੀਂ ਦਿੱਤੇ ਕਿਤੇ? 4 ਗਨਮੈਨ ਦਿੱਤੇ? ਨਹੀਂ ਨਹੀਂ, 4 ਗਨਮੈਨ ਨਹੀਂ ਸੀ, ਉਹਦਾ ਸਿਰਫ 4 ਪਤਾ ਨਹੀਂ ਡਰ ਕਾਹਦਾ ਸੀਗਾ, ਉਹ ਤਾਂ ਮੇਰੀ ਦਾੜਾ ਕਾਲਾ ਕਰਕੇ ਇਸ ਕਰਕੇ ਡਰ ਲੱਗਿਆ ਹੋਵੇ ਕਿ ਕਾਲੇ ਰੰਗ ਤੋਂ ਮੁੱਖ ਮੰਤਰੀ ਸਾਹਿਬ ਡਰ ਰਹੇ ਆ। ਜਿੱਦਾਂ ਕਿ ਭਰਾ ਨੇ ਤੁਹਾਨੂੰ ਦੱਸਿਆ ਵੀ ਇੱਕ ਬੀਬੀ ਉਹਨਾਂ ਨੂੰ ਮੁਲਾਕਾਤ ਮਿਲਣ ਗਈ ਤੇ ਉਹਦੇ ਪ੍ਰਿੰਟ ਵਾਲੀ ਕਾਲੀ ਚੁੰਨੀ ਲਈ ਹੋਈ ਸੀ, ਉਹਦੇ ਤੋਂ ਵੀ ਡਰੇ ਇਸੇ ਕਰ ਤੋਂ ਹੋਦਾ ਤੁਹਾਡੇ ਕੈਮਰਾਮੈਨ ਦੀ ਕਾਲੀ ਸ਼ਰਟ ਤੋਂ ਡਰ ਗਏ, ਹੋਦਾ ਮੇਰੇ ਦਾੜੇ ਤੋਂ ਕਾਲੇ ਤੋਂ ਡਰ ਗਏ ਹੁਣ। ਇਹ ਅੱਜ ਮੁੱਖ ਮੰਤਰੀ ਦਾ ਪ੍ਰੋਗਰਾਮ ਹਰੀ ਕੇ ਕਲਾ ਸੀ, ਕਾਲੇ ਰੰਗ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਜਿਹੜੇ ਪੂਰੀ ਤਰ੍ਹਾਂ ਡਰੇ ਹੋਏ ਨੇ। ਮੇਰੇ ਨੌਜਵਾਨ ਨੇ ਵੀ ਕਾਲੇ ਰੰਗ ਦੀ ਸ਼ਰਟ ਪਾਈ ਸੀ, ਮੈਂ ਚਾਹੁੰਦਾ ਕਿ ਇੱਕ ਵਾਰੀ ਵਿਖਾ ਹੀ ਦਈਏ ਆਪਾਂ, ਇਸ ਗੱਲ 'ਚ ਕੋਈ ਉਹਲਾ ਨਾ ਰਹਿ ਜੇ ਕਿ ਕਾਲੇ ਰੰਗ ਦੀ ਸ਼ਰਟ ਪਾਈ ਸੀ ਤੇ ਇਹਨੂੰ ਵੀ ਉੱਥੋਂ ਜਾਣ ਤੋਂ ਜਿਹੜਾ ਉਹਨਾਂ ਨੇ ਰੋਕਿਆ। ਮੈਂ ਪਿਛਲੇ ਪਾਸੇ ਹੋਰ ਪਾਸੇ ਖੜਾ ਹੋਇਆ ਸੀ ਤੇ ਚਾਹੁੰਦਾ ਸੀ ਕਿ ਮੈਂ ਅੰਦਰੋਂ ਸ਼ਾਟ ਲੈ ਆਵਾਂ ਵੀ ਇਹਨੂੰ ਵੀ ਨਹੀਂ ਅੰਦਰ ਜਾਣ ਦਿੱਤਾ, ਜਾਂ ਹੋਰ ਜਿਹਦੇ ਕਾਲੇ ਰੰਗ ਦੀ ਚੁੰਨੀ ਕਿਸੇ ਦੇ ਕਾਲੇ ਰੰਗ ਦੀ ਪੱਗ, ਉਹ ਕਹਿੰਦੇ ਵੀ ਨਹੀਂ ਭਾਈ ਤੁਸੀਂ ਤਾਂ ਵਿਰੋਧ ਕਰਨ ਆਏ ਹੋ। ਕਾਲੇ ਰੰਗ ਦਾ ਹੀ ਕੈਮਰਾ ਸੀਗਾ, ਕਾਲੇ ਰੰਗ ਦੇ ਕੇਸ ਹੁੰਦੇ ਆ, ਕਾਲੇ ਰੰਗ ਦਾ ਬਹੁਤ ਕੁਝ ਹੁੰਦਾ ਹੈ। ਪਤਾ ਨਹੀਂ ਮੁੱਖ ਮੰਤਰੀ ਪੰਜਾਬ ਨੂੰ ਕਾਲੇ ਰੰਗ ਤੋਂ ਡਰ ਇਹੋ ਜਿਹਾ ਕਿਹੜਾ ਆ ਰਿਹਾ ਕਿ ਕਾਲਾ ਰੰਗ ਦਾ ਡਰ ਸਤਾ ਰਿਹਾ, ਪਤਾ ਨਹੀਂ ਪ੍ਰੋਟੋਕਾਲ ਇਹਨਾਂ ਦੇ ਕੌਣ ਤਿਆਰ ਕਰਦਾ ਕਿ ਕਾਲੇ ਰੰਗ ਤੋਂ ਜਿਹੜੇ ਆ ਡਰੀ ਜਾਂਦੇ ਨੇ। ਅੱਜ ਇਸੇ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਹਰੀ ਕੇ ਕਲਾਂ ਦੇ ਵਿੱਚ ਹੋਰ ਨਿਬੜਿਆ, ਜਿੱਥੇ ਮੁੱਖ ਮੰਤਰੀ ਨੇ ਬਹੁਤ ਸਾਰੇ ਲੋਕਾਂ ਨੂੰ ਇਸੇ ਤਰ੍ਹਾਂ ਦੂਰੀ ਬਣਾ ਕੇ ਰੱਖੀ ਆ ਤੇ ਜਿਹੜੇ ਕਹਿੰਦੇ ਰਾਹ ਖੜਦਿਆਂ ਨੂੰ ਮਿਲਦੇ ਆ ਤੇ ਇਹ ਵੀ ਸਾਡੇ ਕੋਲ ਵੀਡੀਓ ਆਈ ਆ ਕਿ ਇਹਨਾਂ ਨੂੰ ਵੀ ਨਹੀਂ ਰਾਹ ਜਿਹਨਾਂ ਨੇ ਹੱਥ ਕੀਤਾ ਤੇ ਇਹਨਾਂ ਨੂੰ ਵੀ ਨਹੀਂ ਮਿਲੇਗੀ।